Bismillahirrahmanirrahim. Assalamu alaikum ji. Meri dasar hai ban prakat to sura alaikum zaman ko so ye aj banani asa keema kareli ho tusi dassne kis tarah banne pehle keema ye mara rakhne ha wale vaste pyaaz banne ha keema rakhne ha fir tusi dassne kareli ta koi keema da asa rakh jodya ye aj asa gas nahi on kita isne bahut sa pyaaz ta idhar kareli ਅਰੇ ਕੀਮਾ ਸਾਰਾ ਰੱਖੀ ਜੋੜਿਆ ਵੀ ਬਾਈ ਜੋੜਿਆ ਪਿਆਜ਼ ਦੇ ਟਮਾਟਰ ਤੇ ਥੋ ਇਹਨੇ ਵਾਲੇ ਆ ਚੰਗੀ ਤਰ੍ਹਾਂ ਅਰੇ ਕੀਮੇ ਜਹਾਂ ਬਾਣੇ ਨਾਲ ਲੂਣ ਸਾਲਟ ਔਰ ਗਰਮ ਮਸਾਲਾ ਜੇਗਾ ਸਾਡਾ ਕੀਮਾ ਹੋਣਾ ਇਸੇ ਦੇਰ ਤੱਕ ਅਸਾਂ ਕਰੇਲੇ ਵੀ ਇਕੱਠੀ ਕਹਿੰਦੇ ਲੂਣ ਸ਼ੂਣ ਲਾਈ ਧੋਈਦਾ ਜੀ ਸਾਫ਼ ਸੁਫ ਕਰੀਦਾ ਰੱਖੀ ਦਿਨ ਵਿੱਚੋਂ ਖਾਲੀ ਕਰੀ ਛੋੜੇ ਨੇ ਤੱਕ ਜੀ ਹੁਣ ਕੀਮੇ ਨੂੰ ਇੰਤਜ਼ਾਰ ਹੈ ਕੀਮਾ ਵਾਲਾ ਨੂੰ ਆਏ ਇਤਨੀ ਦੇਰ ਤੱਕ ਅਸਾਂ ਕੱਟਣੇ ਆ ਟਮਾਟਰ ਜ਼ਿਆਦਾ ਕੋਈ ਟਮਾਟਰ ਇੰਨੇ ਕੱਟਣੇ ਆ ਨਿੱਕਾ ਨਿੱਕਾ ਉਹਲੇ ਉਹਲੇ ਕੱਟਣੇ ਆ ਛੁਰੀਆਂ ਵੀ ਖੋਣੀਆਂ ਆਹ ਤਾਂ ਕੋਈ ਆਹ ਬਿਲਕੁਲ ਹੌਲੇ ਹੌਲੇ ਇਸ ਸਾਈਜ਼ ਨੇ ਟਮਾਟਰ ਕੱਟਣੇ ਤਰ੍ਹਾਂ ਚਾਰ ਟਮਾਟਰ ਸਾਰੇ ਕੱਟਣਗੇ ਇੰਨੇ ਬਾਣੇ ਆ ਬਾਉਲ 'ਚ ਤਾਂ ਕੱਟਣੇ ਆ ਨਾਲ ਪਿਆਜ਼ ਪਿਆਜ਼ ਵੀ ਕੱਟਣੇ ਆ ਯਾਦ ਰੱਖੋ ਜੀ ਪਿਆਜ਼ ਵੀ ਅਸਾਂ ਚਾਹੀਦਾ ਸੀ ਛਿੱਲੀ ਕਿੰਨੇ ਆ ਫਿਰ ਇਸ ਕੀ ਵੀ ਹੁਣ ਕੱਟਣੇ ਆ ਨਿੱਕਾ ਨਿੱਕਾ ਨਹੀਂ ਜਿਸ ਤਰ੍ਹਾਂ ਡਾਈਸ ਹੋਣਾ ਡਾਈਸ ਕਿਹਾ ਬਰੀਕ ਹੈ ਇਸ ਤਰੀਕੇ ਨਾਲ ਕੱਟਣਾ ਹੈ ਇਹ ਬਣਾਉਣਾ ਅਸਾਂ ਬਰਵਾ ਕਰੇਲਾ ਪਿਆਜ਼ ਤਾਂ ਅਸਾਂ ਕੱਟੇ ਲਈਆਂ ਤੱਕ ਕੀਮਾ ਸਾਡਾ ਕੁੱਥੇ ਤੱਕ ਪਹੁੰਚਿਆ ਓਕਰਾ ਫਿਲਡ ਵਿਦ ਮਿੰਟ ਸਲੈਕ ਅਜੇ ਨਹੀਂ ਹੋਇਆ ਅਜੇ ਨਹੀਂ ਹੋਇਆ ਅਜੇ ਫਰਕ ਆਇਆ ਅਜੇ ਅਸੀਂ ਥੋੜ੍ਹੀ ਦੇਰ ਹੋਰ ਰਹਿਣ ਦਿੰਦੇ ਹਾਂ ਲੱਗਦਾ ਕੋਈ ਕੀਮੇ ਸਾਡੀ ਜੋ ਪਾਣੀ ਬਿਲਕੁਲ ਡਰਾਈ ਹੋ ਗਿਆ ਆਪਣਾ ਤੇਲ ਸੀ ਤੇਲ ਅਸਾਂ ਐਕਸਟਰਾ ਪਾਣੀ ਪਾਇਆ ਉਸੇ 'ਚ ਹੀ ਪਾਉਣ ਲੱਗੇ ਨਾਲ ਬੋਈ ਛੋੜਿਆ ਅਸਾਂ ਥੋੜ੍ਹਾ ਜਿਹਾ ਸੁੱਕਾ ਧਰਨੀ ਆ ਨਾ
And let's get on it. ਮੈਂ ਚੰਗੀ ਤਰ੍ਹਾਂ ਭੁੰਨੇ ਨੇ ਇਸ ਕੇ ਜੇ ਅਸੀਂ ਥੋੜ੍ਹੇ ਜਿਹੇ ਹੋਰ ਭੁੰਨੇ ਆ ਇਹ ਸਾਨੂੰ ਬਾਣੀ ਨਾਲ ਹੀ ਬਸਾਰ ਚਿੱਲੀ ਪਾਊਡਰ ਬਾਈ ਥੋੜ੍ਹੀ ਜਿਹੀ ਤੁਸੀਂ ਚੰਗੀ ਤਰ੍ਹਾਂ ਮਿਕਸ ਕਰੀ ਦਿੰਦੇ ਹੋ ਸਾਡਾ ਭੁੱਜੀ ਗਿਆ ਹੁਣ ਅਸਾਂ ਬਾਹਣੇ ਇਸ ਲਈ ਜਿਹੜਾ ਪਿਆਜ਼ ਟਮਾਟਰ ਅਤੇ ਹਰੀਆਂ ਮਿਰਚਾਂ ਜਿਹੜੀਆਂ ਕੱਟੀਆਂ ਸਨ ਕਢਾਈ ਕੱਚਾ ਕੱਚਾ ਰੱਖਣਾ ਪਹਿਲਾਂ ਕਰੇਲੇ ਪੱਕ ਸਨ ਉਸ ਲਈ ਪੱਕ ਸਨ ਸਾਫ ਕਰੋ ਜੀ ਮਿਰਚਾਂ ਪਿਆਜ਼ ਟਮਾਟਰ ਬਾਈ ਹੋਣੇ ਜੀ ਹੁਣ ਬਾਹਣੇ ਅਸੀਂ ਇਸ ਦੇ ਵਿੱਚ ਨਰਦਾਣਾ ਠੀਕ ਹੈ ਬੰਦ ਇਸ ਵੀ ਅਸਾਂ ਕਰੀ ਛੋੜਿਆ ਬੰਦ ਇਹ ਥੋੜ੍ਹਾ ਵੈ ਠੰਡਾ ਫਿਰ ਭਰਨੇ ਆ ਇਸ ਕੀ ਕਰੇਲਿਆਂ 'ਚ ਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਸੀਂ ਪਸੰਦ ਆ ਰਹੀ ਹੋ ਸਹੀ ਪਸੰਦ ਆ ਰਹੀ ਹੈ ਲਾਈਕ ਕਰੀ ਛੋੜੋ ਸ਼ੇਅਰ ਕਰੀ ਛੋੜੋ ਸਬਸਕ੍ਰਾਈਬ ਕਰੀ ਛੋੜੋ ਕੀਮਾ ਸਾਡਾ ਹੋ ਗਿਆ ਰੈਡੀ ਹੁਣ ਵਾਰੀ ਹੈ ਜੀ ਕਰੇਲਿਆਂ ਦੀ ਇਹ ਕਰੇਲਿਆਂ 'ਚ ਭਰਨੇ ਆ ਸਟੱਫ ਕਰਨੇ ਆ ਜਾਂ ਸਟੱਫ ਆਖੀ ਜੋੜੋ ਜਾਂ ਫਿਲਿੰਗ ਆਖੀ ਜੋੜੋ ਲੈਮ ਮਿੰਸ ਕਰੇਲਾ ਫਿਲਡ ਜਾਂ ਸਟੱਫਡ ਜੇ ਥੋੜ੍ਹਾ ਜਿਹਾ ਠੰਡਾ ਹੋਇਆ ਤਾਂ ਫਿਰ ਇਸ ਕੀ ਕਰੇਲਿਆਂ 'ਚ ਭਰਨੇ ਆ ਦੇਖੋ ਜੀ ਵਾਰੀ ਹੈ ਸਾਡੀ ਹੁਣ ਕਰੇਲੇ ਭਰਨੇ ਨਹੀਂ ਇਹ ਭਰਨੇ ਆ ਨਹੀਂ ਭਰਨਾ ਹੋਇਆ ਖੋਲ੍ਹਣਾ ਪੈਣਾ ਸਹੀ ਤਰ੍ਹਾਂ ਇਹ ਕੰਮ ਹੈ ਜਿਹੜਾ ਇਹ ਥੋੜ੍ਹਾ ਜਿਹਾ ਔਖਾ ਨੇ ਮੈਂ ਤਾਂ ਕੋਈ ਕਰੇਲੇ ਦਾ ਸਾ ਭਰੀ ਕਹਿੰਦੇ ਤਾਂ ਹੁਣ ਲਾਉਣੇ ਆ ਇੰਨਾ ਕਿ ਟੂਥਪਿਕ ਲਾਉਣੇ ਆ ਜਿਹੜੇ ਫਰਾਈ ਕਰਾਂ ਉਸਨੇ ਕੀਮਾ ਬਾਹਰ ਨਾਲ ਨਿਕਲਿਆ ਬੰਦ ਹੋਈ ਗਿਆ ਸੀ
ਕੀ ਭਰਿਆ ਸੀ ਨਾ ਚਿਕਨ ਹੋਣਾ ਹੈ ਲੈਣੀ ਕ੍ਰੀਸ਼ਨ ਤਾਂ ਇਹ ਥੋੜ੍ਹਾ ਥੋੜ੍ਹਾ ਬਹੁਤ ਜੇ ਬਾਹਰ ਨਿਕਲ ਸੀ ਨਾ ਫਿਰ ਤੇਲ ਜੋ ਸਰਨਾ ਹੈਗਾ ਸਾਲਾ ਜੀ ਆ ਤਾਂ ਕੋਈ ਪਰ ਪਾਉਣਾ ਜੇ ਸਾ ਤੇਲ ਬਾਈ ਕਹਿੰਦਾ ਆ ਅਤੇ ਇਹਨਾਂ 'ਚ ਥੋੜ੍ਹਾ ਕਰਨੇ ਆ ਫਰਾਈ ਕਰੇਲੀਆਂ ਸ਼ੈਲੋ ਫਰਾਈ ਸੀ ਹਮੇ ਕੋਈ ਕਿਸਮੇ ਸੋਹਣਾ ਸੋਹਣਾ ਭਾਵਨਾ ਹੋਏ ਹੈ ਇਸ ਤਰ੍ਹਾਂ ਨਾਲ ਕੀਮਾ ਕਰੇਲਾ ਕਿਹੜਾ ਕਿਹੜਾ ਬੰਦਾ ਬਣਾਉਣਾ ਆ ਉਹ ਤੁਸੀਂ ਵੀ ਕਮੈਂਟਸ 'ਚ ਜ਼ਰੂਰ ਪਾਉਣਾ ਆ ਅਸਾਂ ਪਹਿਲੀ ਵਾਰੀ ਬਣਾਉਣ ਲੱਗੇ ਹਾਂ ਮਾੜਾ ਐਕਸਪੀਰੀਅੰਸ ਪਹਿਲੀ ਵਾਰੀ ਹੈ ਵੈਸੇ ਗੋਸ਼ਤ ਕਰੇਲਾ ਬਹੁਤ ਵਾਰੀ ਬਣਾਇਆ ਨੋਰਮਲ ਕੀਮਾ ਕਰੇਲਾ ਬਹੁਤ ਵਾਰੀ ਬਣਾਇਆ ਪਰ ਲੇਕਿਨ ਇਹ ਭਰੇ ਆ ਜਿਹੜਾ ਕਰੇਲਾ ਹੋਣਾ ਇਹ ਪਹਿਲੀ ਵਾਰੀ ਬਣਾਉਣਾ ਕਰੀਏ ਦੇਖੋ ਜੀ ਕਰੇਲੇ ਅਸਾਂ ਬਾਈ ਹੋਣੇ ਤੇਲ ਸਾਰਾ ਹੋ ਗਿਆ ਸੀ ਗਰਮ ਬਾਲ ਸੁਹਾਣੇ ਨੂੰ ਇਹ ਪ੍ਰੈਪਰੇਸ਼ਨ ਤੁਸੀਂ ਕਰੀ ਦਿਆ ਕਰੋ ਕੁਕਿੰਗ ਮੈਂ ਆਪੋ ਕਰਿਆ ਕਰਸਾਂ ਕਿ ਤੁਸੀਂ ਬਣਾ ਲਿਓ ਇੰਗਲਿਸ਼ ਸਟਾਈਲ ਜੀ ਅਸਾਂ ਠੇਕ ਵੀ ਉੱਪਰ ਬਣਾਈਦਾ ਉਹ ਸਟਾਈਲ ਹੈ ਜਿਹੜਾ ਘਰਾਂ 'ਚ ਨਹੀਂ ਚੱਲਣਾ ਇਸ ਪ੍ਰੈਪਰੇਸ਼ਨ ਤੁਸੀਂ ਕਰੀ ਛੋੜੋ ਕੁਕਿੰਗ ਮੈਂ ਆਪ ਕਰ ਲਿਆ ਕਰਦਾ ਮੈਂ ਠੀਕ ਹੈ ਸਾਰਾ ਕਿਆ ਕਰਾ ਦਿਆ ਸਾਰੀ ਵੀ ਹੈਲਪ ਹੋਈ ਜਾਣੀ ਹੈ ਸਾਰੇ ਠੀਕ ਹੀ ਆ ਸਰ ਚਲੋ ਇਹ ਕੋਲ ਠੀਕ ਹੀ ਆ ਸੀਗਾ ਐਦਾ ਵਿਚਕਾਰ ਹੈ ਜੀ ਕੋਲ ਰੱਖੋ ਚਲੋ ਦੋਵੇਂ ਤਰਾਏ ਇਕੱਠੇ ਰੱਖੇ ਪਕਾਉਣੇ ਹੋਣੇ ਜੀ ਸਲੋ ਹੋਗੀ ਫਿਰ ਗੈਸ ਮੱਠਾ ਕਰੀ ਦਾ ਤੇਜ਼ ਪਰ ਪਕਾਓ ਅਤੇ ਆਪਣੂੰ ਸੜੀ ਜਾ ਸਾਨੂੰ ਤਾਂ ਵਿੱਚੋਂ ਕੱਚੇ ਰਹੇ ਸਰ ਅਤੇ ਬਿਹਤਰ ਹੈ ਬਈ ਨਾ ਸਨ ਸਲੋ ਹੀਟ ਹੋਇਆ ਉਸਨੇ ਪਰ ਪਕਾਓ
almost ready. अगर थोड़ा जा फर्क है अरे पूरी तरह रेडी नहीं हो है जैसे ही यार फर्क है थोड़ा जा ਪ੍ਰਾਪਤੀ ਕਿੰਨੇ ਨੂੰ ਸਾਈਡ ਇਹਨਾਂ ਨੇ ਚੇਂਜ ਕੀਤੀ ਹੈ ਇੱਕ ਪਾਸੋਂ ਤਾਂ ਹੈਗੀ ਹੈ ਮੈਂ ਤਾਂ ਕੋਈ ਕਰੇਲਾ ਸਾੜਾ ਰੈਡੀ ਹੋ ਗਿਆ ਸੋਡੇ ਕੱਢੀ ਕਿੰਨੇ ਆ ਰੱਖਣੇ ਹੁਣ ਦੋਵੇ ਆ ਇਹ ਥੋੜ੍ਹਾ ਜਿਹਾ ਤਾਂ ਸੀ ਫਰਕ ਏਸੀ ਅਜੇ ਰਹਿਣ ਦੇਣੇ ਆ ਥੋੜ੍ਹਾ ਜਿਹਾ ਮਾੜਾ ਜਿਹਾ ਇੱਕ ਪਾਸੋਂ ਨਹੀਂ ਸੀ ਠੀਕ ਬਣਦਾ ਕਰੇਲੇ ਸਾਡੇ ਬਿਲਕੁਲ ਰੈਡੀ ਸਾਡਾ ਕੰਮ ਸੀ ਬਣਾਉਣਾ ਅਸਾਂ ਛੋੜੇ ਨੂੰ ਬਣਾਈ ਅੱਗੋਂ ਖਾਣੇ ਵਾਲੇ ਜਿਲ੍ਹੇ ਮਰਦੀ ਆ ਤੋੜਨਾ ਨਹੀਂ ਮਰਦੀ ਆ ਜਿਹੜੀ ਵੀਡੀਓ ਇੱਥੇ ਹੀ ਐਂਡ ਕਰਨੀ ਆ ਤੁਸੀਂ ਮਿਲਦਾ ਅਗਲੀ ਵੀਡੀਓ 'ਚ ਕਿਸੇ ਹੋਰ ਲਾ ਅਗਲੇ ਜਿਹੜੇ ਇੱਕ ਹੋਰ ਨਵੀਂ ਰੈਸਪੀ ਨਾਲ ਇਸ ਦਿਨ ਦਾ ਕੱਪੜਾ ਵੀ ਖਿਆਲ ਰੱਖੇ ਮਾੜੇ ਉਸੇ ਦੁਆ ਕਰੀ ਜੁੜੇ ਆ ਲਾਓ ਤੇ